अंदर का तो जाना वा बाथरूम लगा यार की हन ओही गल करती ना फिर ओही गल की करती ने 6 बंदे गए ने ने बस 6 केड़े हां जी विद्यार्थी साथियों नदीर बोल यार हुन तो ਤੁਹਾਡੀ ਗੱਲ ਨਹੀਂ ਕੋਈ ਵੱਧ ਗਈ ਥੋੜੀ ਆਵਾਜ਼ ਤਾਂ ਕੱਟ ਲਓ ਵਿਦਿਆਰਥੀ ਏਕਤਾ ਜਿੰਦਾਬਾਦ ਵਿਦਿਆਰਥੀ ਏਕਤਾ ਜਿੰਦਾਬਾਦ ਸੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਬਹੁਤ ਗੱਲਾਂ ਕਰ ਦਿੱਤੀਆਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਠੀਕ ਹੈ ਜਿੱਦਾਂ ਕਿ ਗੱਲ ਇੱਕ ਸਾਹਿਬ ਆ ਮੈਂ ਹਰ ਵਾਰੀ ਕੋਈ ਗੱਲ ਕਹਿਣਾ ਵੀ ਯਾਰ ਮੈਨੂੰ ਤੁਹਾਡੇ ਵਿੱਚ ਡਰ ਨਹੀਂ ਦਿਸਣਾ ਚਾਹੀਦਾ ਠੀਕ ਹੈ ਡਰ ਨਹੀਂ ਦਿਸਣਾ ਚਾਹੀਦਾ ਠੀਕ ਹੈ ਆਖਰੀ ਗੱਲ ਪੁੱਛਦਾ ਆ ਵੀ ਤੁਹਾਡੇ ਅੰਦਰ ਕੋਈ ਡਰ ਹੈਗਾ ਆ ਨਹੀਂ ਨਹੀਂ ਉਹ ਯਾਰ ਕੋਈ ਡਰਨ ਵਾਲੀ ਚੀਜ਼ ਤਾਂ ਨਹੀਂ ਹੈਗੀ ਨਹੀਂ ਇਹ ਠੀਕ ਆ ਹੋਰ 5-5 ਰੁਪਏ ਵੀ ਦੇ ਦਿਓ ਇਹਨੂੰ ਇੱਕ ਭਰੋਸਾ ਜ਼ਰੂਰ ਰੱਖਿਓ ਕਿ ਆਪਾਂ ਆਪਣੇ ਅੰਦਰਲੇ ਸਾਹ ਤੱਕ ਲੜਾਂਗੇ ਅੰਦਰਲੇ ਸਾਹ ਤੱਕ ਲੜਾਈ ਸਾਡੀ ਆ ਜਾਰੀ ਰਹੂਗੀ ਠੀਕ ਹੈ ਆਨਲਾਈਨ ਐਗਜ਼ਾਮ ਦੀ ਜਿਹੜੀ ਗੱਲ ਆ ਔਰ ਅੱਜ ਮੈਂ ਤੇ ਕਹਿੰਦਾ ਤੇ ਕਹਿੰਦਾ ਮੈਂ ਇੱਥੇ ਬਹਿ ਜਾਣਾ ਯਾਰ 5 ਰੁਪਏ 5 ਰੁਪਏ 5 ਰੁਪਏ ਔਰ ਇੰਨੇ ਕ ਮਜ਼ਬੂਤੀ ਨਾਲ ਰੱਖਾਂਗੇ ਕਿ ਜਿਹੜਾ ਇਹ ਪ੍ਰਸ਼ਾਸਨ ਆ ਅੱਗੇ ਵੀ ਤਾਂ ਯਾਰ ਹਾਰਦਾ ਹੀ ਆ ਤੁਸੀਂ ਲਾਈਵ ਦੇਖਿਆ ਤੁਸੀਂ ਵੀ ਯਾਰੀ ਇਹਨਾਂ ਕੋਲ ਜਵਾਬ ਨਹੀਂ ਗਾ ਬਸ ਇੱਕੋ ਹੀ ਗੱਲ ਕਹਿੰਦੇ ਆ ਸਾਨੂੰ ਇਦਾਂ ਨਹੀਂ ਪਤਾ ਸਾਨੂੰ ਪਤਾ ਪੰਜਾਬ ਸਰਕਾਰ ਨੇ ਹੁਕਮ ਦਿੱਤੇ ਪੰਜਾਬ ਸਰਕਾਰ ਨੇ ਹੁਕਮ ਦਿੱਤੇ ਆ ਉਹ ਯਾਰ ਤੁਹਾਨੂੰ ਕੱਲਿਆਂ ਨੂੰ ਹੁਕਮ ਦਿੱਤੇ ਆ ਇਹ ਪੰਜਾਬ ਯੂਨੀਵਰਸਿਟੀ ਨੂੰ ਨਹੀਂ ਦਿੱਤੇ ਹੁਕਮ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਨਹੀਂ ਦਿੱਤੇ ਇਹ 22 ਚਾਂਸਲਰ ਗੱਲਾਂ ਤਾਨਾਸ਼ਾਹ ਕਿੱਦਾਂ ਬਣ ਸਕਦਾ ਯਾਰ ਹੈ ਜਾਂ ਮੈਂ ਸੱਚਦਾ ਵੀ ਪੰਜਾਬ ਦੀ ਸਰਕਾਰ ਵੀ ਕਿੱਦਾਂ ਕੱਲੀ ਤਾਨਾਸ਼ਾਹੀ ਬਣ ਸਕਦੀ ਆ ਉਹ ਤਾਂ ਮੋਦੀ ਸਰਕਾਰ ਆ ਉਹ ਕਿਸਾਨਾਂ ਦਾ ਇੰਨਾ ਦਮਨ ਕਰਨ ਦੇ ਹੋਈ ਵੀ ਇੰਨਾ ਦਮਨ ਕਰ ਲੋ ਯਾਰ ਦਮਨ ਕਿੰਨਾ ਕਰਨਾ ਅੱਛਾ ਮੈਂ ਇੱਕ ਗੱਲ ਪੁੱਛਦਾ ਵੀ ਉਦੋਂ ਜਿਨ੍ਹਾਂ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਕੀ ਉਹਨਾਂ ਵਿਦਿਆਰਥੀਆਂ ਤੋਂ ਅੱਜ ਕੋਈ ਇੱਥੇ ਮੌਜੂਦ ਹੈਗਾ ਆਪਣਾ ਵੈਸੇ ਤਾਂ ਮੈਂ ਕਿਹਾ ਸੀਗਾ ਵੀ ਨਾ ਆਇਓ ਉਹ ਵਿਦਿਆਰਥੀ ਕਰ ਰਹਿਣ ਜਿਨ੍ਹਾਂ ਦੇ ਲੱਗੀਆਂ ਇੱਕ ਤਾਂ ਮਿਸਟਰ ਸਾਹਿਬ ਦੇ ਵੀ ਸੱਟਾਂ ਉਦੋਂ ਲੱਗੀਆਂ ਇਹ ਮੌਜੂਦ ਆ ਕੀ ਹੋਰ ਕੋਈ ਵਿਦਿਆਰਥੀ ਹੈਗਾ ਇੱਥੇ ਮੌਜੂਦ ਜਿਨ੍ਹਾਂ ਦੇ ਸੱਟਾਂ ਲੱਗੀਆਂ ਆ ਦੇਖੋ ਆ ਵੀ ਬੰਦਾ ਉਦੋਂ ਸੀਗਾ ਬਹੁਤ ਜਜ਼ਬਾਤੀ ਹੋਇਆ ਪਿਆ ਸੀਗਾ ਔਰ ਬੜੀ ਬਰਬਖਤਾ ਨਾਲ ਇਹਨਾਂ ਨੂੰ ਕੁੱਟਿਆ ਗਿਆ ਅੱਜ ਹਿਸਾਬ ਲੈਣਾ ਹੈ ਇਹਨਾਂ ਦਾ ਵੀ ਔਰ ਪਿਆਰ ਤੇ ਸਤਿਕਾਰ ਨਾਲ ਲੈਣਾ ਯਾਰ ਜੇ ਦੇਸ਼ ਦਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਆਰਟੀਕਲ 19 ਸਾਨੂੰ ਕਹਿੰਦਾ ਵੀ ਤੁਸੀਂ ਪੀਸਫੁਲੀ ਪ੍ਰੋਟੈਸਟ ਕਰੋ ਤੇ ਅਸੀਂ ਕਰ ਰਹੇ ਆ ਜੇਕਰ ਸਾਡੇ ਉੱਤੇ ਦੀ ਲਾਠੀਆਂ ਮਾਰੂਗੇ ਤਾਂ ਫਿਰ ਕਹੋਗੇ ਕਿ ਵਿਦਿਆਰਥੀਆਂ ਨੇ ਜਿਹੜਾ ਇਹ ਕੀਤਾ ਤੁਸੀਂ ਪਹਿਲਾਂ ਸਾਡੇ ਡੰਡੇ ਮਾਰ ਕੇ ਉਸਾਰ ਰਹੇ ਆ ਫਿਰ ਕਹਿੰਦੇ ਵਿਦਿਆਰਥੀ ਨੇ ਕੀਤਾ ਕਿਉਂਕਿ ਸਾਡੇ ਕੋਲ ਨੌਲੇਜ ਦੀ ਕਮੀ ਕੋਈ ਨਹੀਂ ਠੀਕ ਹੈ ਬਸ ਕਮੀ ਇੱਕੋ ਹੀ ਗੱਲ ਦੀ ਆ ਕਿ ਕਮੀ ਅਸੀਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਆ ਜਿਹੜੀ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਹੁੰਦੀ ਔਰ ਬੜੀ ਕੋਈ ਗੱਲ ਕਹਿੰਦੇ ਸਾਨੂੰ ਉਪਰੋਂ ਹੁਕਮ ਉਪਰੋਂ ਯਾਰ ਕਿਹੜਾ ਉਪਰੋਂ ਕਦੇ ਹੁਕਮ ਆ ਗਿਆ ਦੱਸੋ ਇੰਡੀਆ ਦੇ ਉਪਰੋਂ ਕਦੇ ਹੁਕਮ ਆ ਗਏ ਆ ਉਪਰ ਇਹਨਾਂ ਛੱਤ ਹੁੰਦੀ ਆ ਉਹ ਛੱਤ ਤੋਂ ਹੁਕਮ ਆਈ ਜਾਂਦਾ ਇਹਨਾਂ ਨੂੰ ਮੈਂ ਉਹੀ ਤਾਂ ਕਹਿੰਦਾ ਮੈਨੂੰ ਪਤਾ ਹੈ ਕੀ ਹੋ ਰਿਹਾ ਆ ਕਿਹੜੇ ਲੋਕ ਚਾਹੁੰਦੇ ਆ ਆਨਲਾਈਨ ਐਗਜ਼ਾਮ ਹੋਣ ਕਿਹੜੇ ਸਾਨੂੰ ਰੋਕਣਾ ਵੀ ਚਾਹੁੰਦੇ ਸਾਨੂੰ ਉਹ ਵੀ ਪਤਾ ਆ ਠੀਕ ਹੈ ਅਸੀਂ ਹੁਣ ਨਾਂ ਨਹੀਂ ਲੈਣੇ ਹੈਗੇ ਵੀ ਉਹ ਚਾਹੁੰਦੇ ਆ ਛੱਡੋ ਯਾਰ ਤੁਸੀਂ ਰੋਕਣ ਵਾਲੇ ਰੋਕ ਕੇ ਦੇਖ ਲਓ ਤੁਸੀਂ ਇਹ ਵਿਦਿਆਰਥੀਆਂ ਦੀ ਵੱਧਦੀ ਹੋਈ ਪਾਵਰ ਨੂੰ ਰੋਕ ਕੇ ਦੇਖ ਲਓ ਜੇ ਰੋਕ ਸਕਦੇ ਇਹਨਾਂ ਨੇ ਪੰਜਾਬ ਵਿੱਚ ਕ੍ਰਾਂਤੀ ਲਿਆਉਣੀ ਹੈ ਵਿਦਿਆਰਥੀਆਂ ਨੇ ਦੇਖ ਲਿਓ ਪਹਿਲਾਂ ਵਿਦਿਆਰਥੀ ਦੇ ਇਲੈਕਸ਼ਨ ਹੋਇਆ ਕਰਦੇ ਸੀ ਚੋਣਾਂ ਹੋਇਆ ਕਰਦੀਆਂ ਸੀ ਕਾਲਜਾਂ 'ਚ ਵਿਦਿਆਰਥੀਆਂ ਦੇ ਨੁਮਾਇੰਦੇ ਚੁਣੇ ਜਾਂਦੇ ਸੀ ਉਹ ਲੋਕ ਜਾਂ ਜਾ ਕੇ ਲੀਡਰ ਬਣ ਜਾਂਦੇ ਸੀਗੇ ਇਹ ਜਿਹੜੇ ਲੀਡਰ ਆ ਜਿਹੜੇ ਚਾਹੁੰਦੇ ਸਾਡਾ ਹੀ ਪਰਿਵਾਰ ਵਸ ਜਾ ਕੇ ਮੇਰਾ ਹੀ ਪਰਿਵਾਰ ਦਾ ਮੁੰਡਾ ਕੌਂਸਲਰ ਬਣ ਜਾਵੇ ਮੇਰੇ ਦਾ ਹੀ ਐਮਐਲਏ ਬਣ ਜਾਵੇ ਮੇਰੇ ਹੀ ਪਰਿਵਾਰ ਦਾ ਨਾ ਕੋਈ ਹੋਰ ਬਣ ਜਾਵੇ ਮੰਤਰੀ ਬਣ ਜਾਵੇ ਉਹੀ ਮੁੱਖ ਮੰਤਰੀ ਇਹ ਲੋਕ ਤਾਂ ਸਾਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਪਰ ਤੁਹਾਨੂੰ ਪਤਾ ਨਾ ਕਹਿੰਦੇ ਜਿਸ ਕੌਮ ਨੂੰ ਜਿੰਨਾ ਦਬਾਇਆ ਜਾਂਦਾ ਉਹ ਕੌਮ ਉਨੀ ਤਰੱਕੀ ਕਰਦੀ ਆ ਠੀਕ ਹੈ ਸੋ ਇਸ ਕਰਕੇ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਇੱਕੋ ਹੀ ਗੱਲ ਦੱਸੀ ਆ ਕਿ ਤੁਸੀਂ ਇਸ ਜ਼ੁਲਮ ਦੇ ਅੱਗੇ ਝੁਕਿਓ ਨਾ ਇਸ ਕਰਕੇ ਅਸੀਂ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਦਾ ਸੋ ਇਹੀ ਗੱਲ ਕਹਿੰਦਾ ਹੋਇਆ ਅਸੀਂ ਧੁਰਨ ਦਾ ਹੁਣ ਚੱਲੇ ਆ ਅੰਦਰ ਮੀਟਿੰਗ ਦੇ ਲਈ ਪੀਸਫੁਲ ਸ਼ਾਂਤੀ ਰਹੋ ਇਹ ਨਾ ਆਵੇ ਵੀ ਤੁਹਾਨੂੰ ਕੋਈ ਲੀਡਰ ਕਹਿ ਦੇਵੇ ਕਿ ਮੈਂ ਚਲੋ ਉਹਨੂੰ ਉਹ ਕੰਮ ਨਹੀਂ ਠੀਕ ਹੈ ਉਹਨਾਂ ਨੇ ਨਹੀਂ ਹੋਇਆ ਸੋ ਸਾਡੇ ਵਿੱਚ ਸਾਡੇ ਜਿਹੜੇ ਅਸੇ ਜੋਗੀ ਸਾਥੀ ਵੀ ਪਹੁੰਚ ਚੁੱਕੇ ਆ ਹਲੋ ਕੁਸ਼ਲ ਜੀ ਤੁਸੀਂ ਜਾਣਦੇ ਆ ਸਾਡੇ ਇਤਰਾਰ ਬੁਲਾਰੇ ਦੀਪਕ ਬਾਲੀ ਜੀ ਬੋਲੋ ਜਿਨ੍ਹਾਂ ਦੇ ਨਾਲ ਸਾਡੇ ਅਨਿਲ ਕੁਮਾਰ ਜੀ ਸਾਡੇ ਲਖਵੀਰ ਸਿੰਘ ਸ਼ੇਰਪੁਰੀ ਦਾ ਸ਼ੇਰਪੁਰੀ ਸਾਹਿਬ ਵੀ ਆ ਗਏ ਆਪਣੇ ਵਿੱਚ ਤੇ ਰੋਹਿਤ ਪ੍ਰਵਾਨ ਜੀ ਸੋ ਕੁਸ਼ਲ ਇੱਧਰ ਆਓ ਆ ਦੇਖੋ ਵੀ ਤੁਸੀਂ ਦੇਖਿਆ ਹੋਣਾ ਕਿ ਸਾਡੇ ਵੀਡੀਓ ਦੇ ਵਿੱਚ ਸਾਡੇ ਸਾਥੀ ਨੂੰ ਜਿੱਦਾਂ ਬਰਬਰਤਾ ਨਾਲ ਜਿਨ੍ਹਾਂ ਨੂੰ ਕੁੱਟਿਆ ਗਿਆ ਸੀਗਾ ਮੈਂ ਪੁੱਛ ਰਿਹਾ ਸੀ ਨਾ ਕੋੜੇ ਕਿਹੜੇ ਸਾਥੀ ਆ ਮਿਸ਼ਰਾ ਸਾਹਿਬ ਖੜੇ ਆ ਪ੍ਰਕਾਸ਼ ਜੀ ਖੜੇ ਆ ਔਰ ਉਦਨ ਵਿਕਾਸ ਜੀ ਇਹਨਾਂ ਦਾ ਤਾਂ ਚੁੱਕਿਆ ਆ ਠੀਕ ਹੈ ਇਹ ਵੀ ਖੜੇ ਆ ਜੈਡੀ ਜੀ ਹੁਣੇ ਤੇ ਉਹਨਾਂ ਨੇ ਵੀ ਬਹੁਤ ਮਾਰਿਆ ਇੱਕ ਸਾਡੇ ਸਾਥੀ ਤੇ ਖੜੇ ਸੀਗੇ ਉਹ ਦੇਖੋ ਇਹਨਾਂ ਨੇ ਵੀ ਬਹੁਤ ਇਹਨਾਂ ਨੂੰ ਕੁੱਟਿਆ ਉਸ ਦਿਨ ਠੀਕ ਹੈ ਪਰ ਇੱਕ ਤਾਂ ਆ ਮੈਂ ਹੈਰਾਨ ਹੋ ਗਿਆ ਦੇਖ ਕੇ ਕਿ ਜਿੱਦਾਂ ਡੰਡੇ ਪੈ ਰਹੇ ਸੀਗੇ ਇਹ ਤਾਂ ਆਮ ਤੌਰ ਤੇ ਉਹਦਾ ਬੱਚਾ ਖਿੰਡ ਜਾਂਦਾ ਅੰਦਰਾਂ ਨੂੰ ਤੋੜ ਜਾਂਦਾ ਪਰ ਨਹੀਂ ਤੋੜੀ ਕਿਉਂਕਿ ਸਾਡੇ ਜਜ਼ਬਾਤ ਸਾਡਾ ਡਰ ਜਿਹੜਾ ਆ ਸਾਡਾ ਦਰਦ ਜਿਹੜਾ ਸੀਗਾ ਉਹ ਇਹਨਾਂ ਪੁਲਸਰੇ ਲਾਠੀਆਂ ਉੱਤੇ ਭਾਰੀ ਸੀਗਾ ਸਾਡਾ ਜਿਹੜਾ ਦਰਦ ਸੀਗਾ ਉਹ ਪੁਲਸ ਦੀਆਂ ਲਾਠੀਆਂ ਤੇ ਭਾਰੀ ਸੀਗਾ ਉਹ ਤੇ ਸਾਡਾ ਪੁੱਤ ਸਾਡੀ ਗੱਲਬਾਤ
अनिल पिछे बच्चा आरटीआई कढ़ाया वो बच्चा पास सीगा हुण यूनिवर्सिटी कोशिश कर रही है कि उहदी आरटीआई नूं लुकोण के उहदे पेपर नूं कढ के देख रही है कि मैं नहीं कीता जा सकदा उहनूं फोन कर रहे बच्चे नूं कि तैनूं पास कर दिंदे आ ओ यार बेशर्म लुको थोड़ी बहुती शर्म करो पहला तुसीं धक्का करदे विद्यार्थियों नाल हुण तुसीं लुकोणे धक्के नूं किन्ना गल बोलूंगे यार किन्ना गल बोलूंगे ये कहिंदे असीं गाइडलाइनां नूं मानदे आ पंजाब सरकार दे इक हुकम सीगे मैं हुणी डेटा कढ्या पंजाब सरकार कहती कि किसी भी ऐसी विद्यार्थी की डिग्री ना रोके जिहड़े पोस्ट मैट्रिक स्कॉलरशिप के अंडर पढ़ते हैं इस यूनिवर्सिटी ने तीन साल डिग्रियां रोकी रखी उदो पंजाब सरकार के ऑर्डर कितने गए थे उदो केंद्र सरकार के ऑर्डर कितने गए थे ये वाइस चांसलर चमचागिरी बंद करे नहीं तो असं इनका प्रबंध कर देना फिर तरीके मीटिंग लिए चलने से आके सारी जानकारी तुम देवे बहुत बहुत धन्यवाद विद्यार्थी एकता वाहेगुरु जी का खालसा वाहेगुरु जी की फतेह जो बोले सो निहाल जिन्ना प्रशासन इतने खड़ा ना यार उन्होंने भी बच्चे पढ़ते हैं कॉलेज।